ਬੈਨਰਜੀ ਅਤੇ ਡਾਕਟਰ ਮਧੂਮਿਤਾ ਬੈਨਰਜੀ ਵੱਲੋਂ ਸਦਭਾਵਨਾ ਕਾਲਜ ਆਫ ਮੈਨੇਜਮੈਂਟ ਬਖੂਬੀ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਡੀ ਫਾਰਮੇਸੀ ਦਾ ਕੋਰਸ ਕਰਵਾਇਆ ਜਾਂਦਾ ਹੈ। ਕਾਲਜ ਵਿੱਚ ਵਿਦਿਆਰਥੀਆਂ ਲਈ ਵੈਲ ਇਕਵਿਪਡ ਲੈਬਸ, ਕੰਪਿਊਟਰ ਲੈਬ, ਲਾਇਬ੍ਰੇਰੀ, ਹੋਸਟਲ, ਟ੍ਰਾਂਸਪੋਰਟ, ਵਾਈਫਾਈ ਦੀ ਸੁਵਿਧਾ ਮੁਹੱਈਆ ਕਰਵਾਈ ਜਾਂਦੀ ਹੈ, ਜਿਸ ਬਾਰੇ ਸਦਭਾਵਨਾ ਕਾਲਜ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦੇ ਪ੍ਰਿੰਸੀਪਲ ਮਿਸਟਰ ਦਿਵੇਸ਼ ਵਰਮਾ ਜੀ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ। ਸਤਿ ਸ਼੍ਰੀ ਅਕਾਲ ਜੀ, ਮੈਂ ਦਿਵੇਸ਼ ਵਰਮਾ, ਪ੍ਰਿੰਸੀਪਲ ਸਦਭਾਵਨਾ ਕਾਲਜ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ। ਸਾਡੇ ਕਾਲਜ ਦੇ ਵਿੱਚ ਜੀ ਡੀ ਫਾਰਮੇਸੀ ਚੱਲ ਰਹੀ ਹੈ ਜੀ, ਸਾਲ 2010 ਤੋਂ ਚੱਲ ਰਹੀ ਹੈ। ਇਹ ਸੰਸਥਾ ਜੀ ਸਾਡੇ ਜੋ ਚੇਅਰਮੈਨ ਨੇ ਕਾਲਜ ਦੇ, ਡਾਕਟਰ ਏ ਕੇ ਬੈਨਰਜੀ, ਜੋ ਪੇਸ਼ੇ ਵੱਲੋਂ ਸਰਜਨ ਨੇ, ਉਹਨਾਂ ਨੇ ਸ਼ੁਰੂ ਕੀਤੀ ਸੀ। ਇੱਕ ਸਾਨੂੰ ਪਹਿਲਾਂ ਸਾਡਾ ਨਰਸਿੰਗ ਕਾਲਜ ਸ਼ੁਰੂ ਹੋਇਆ ਸੀ, ਉਸ ਤੋਂ ਬਾਅਦ ਬੀ ਐਡ ਕਾਲਜ ਤੋਂ ਲੈ ਕੇ ਅਸੀਂ ਹੁਣ ਫਾਰਮੇਸੀ ਕੁਛ ਹੋਰ ਸਭ ਕੀਤਾ ਕੋਰਸ ਸ਼ੁਰੂ ਕੀਤੇ, ਸਕੂਲ ਵੀ ਸਾਡਾ ਚੱਲ ਰਿਹਾ ਜੀ ਇਸ ਦੇ ਉੱਤੇ। ਅਤੇ ਡਾਕਟਰ ਬੈਨਰਜੀ ਇੱਕ ਇਹੋ ਜਿਹੇ ਇਨਸਾਨ ਨੇ ਜੋ ਕਿ ਇਸ ਲਾਈਨ ਨੂੰ, ਮੈਡੀਕਲ ਲਾਈਨ ਨੂੰ ਬਹੁਤ ਅੱਗੇ ਤੱਕ ਲੈ ਕੇ ਆਏ ਨੇ ਜੀ ਉਹ, ਅਤੇ ਬਹੁਤ ਵੱਡਾ ਯੋਗਦਾਨ ਆ ਜੀ ਉਹਨਾਂ ਦਾ ਇਸ ਚੀਜ਼ ਦੇ ਵਿੱਚ। ਸਦਭਾਵਨਾ ਸੋਸਾਇਟੀ ਸਾਡੀ ਇਹ ਸੰਸਥਾ ਜੀ, ਜਿਸ ਦੇ ਅੰਡਰ ਸਾਡੇ ਸਾਰੇ ਕਾਲਜ ਚੱਲਦੇ ਨੇ ਜੀ ਸਾਰੇ। ਸਰ ਸਾਡੇ ਕੋਲ ਜੀ ਇੱਥੇ ਜਿਹੜੀਆਂ ਲੈਬਸ ਨੇ ਸਾਰੀਆਂ, ਕੰਪਿਊਟਰ ਲੈਬ ਨੇ, ਜੋ ਲੈਬੋਰਟਰੀਸ ਹੈਗੀਆਂ ਜੀ ਬਹੁਤ ਸ਼ਾਨਦਾਰ ਨੇ ਜੀ, ਜੋ ਇਕੁਪਮੈਂਟਸ ਯੂਜ਼ ਕੀਤੇ ਜਾ ਰਹੇ ਨੇ, ਲੇਟੈਸਟ ਟੈਕਨੋਲੋਜੀ ਕੀਤੇ ਜਾ ਰਹੇ ਨੇ ਸਾਰੇ। ਅਤੇ ਬੱਚਿਆਂ ਲਈ ਅਸੀਂ ਜ਼ਿਆਦਾ ਬੋਝ ਨਹੀਂ ਪਾਉਂਦੇ ਬੱਚਿਆਂ ਨੂੰ ਜੀ, ਸਾਰਾ ਕੰਪਿਊਟਰ ਰਾਹੀਂ ਬੱਚਿਆਂ ਨੂੰ ਪੜ੍ਹਾਇਆ ਜਾਂਦਾ। ਫਾਰਮੇਸੀ ਦੀਆਂ ਜੋ ਵੀ ਈ ਬੁੱਕਸ ਨੇ ਜਾਂ ਸਾਰੀਆਂ ਬੁੱਕਸ ਵਗੈਰਾ ਸਾਰੀਆਂ ਬੱਚਿਆਂ ਨੂੰ ਉੱਥੇ ਪ੍ਰੋਵਾਈਡ ਕਰ ਦਿੱਤੀਆਂ ਜਾਂਦੀਆਂ ਜੀ। ਸਰ ਸਾਡੇ ਕੋਲ ਜੋ ਕੋਰਸ ਚੱਲ ਰਿਹਾ ਜੀ ਹੈਗਾ ਡਿਪਲੋਮਾ ਇਨ ਫਾਰਮੇਸੀ, ਮਤਲਬ ਐਲੋਪੈਥੀ ਦੇ ਨਾਲ, ਜਿਹਦੇ ਵਿੱਚ ਕੀ ਕੀਤਾ ਜਾਂਦਾ ਕਿ ਬੱਚੇ ਜੋ ਦਵਾਈਆਂ ਆਪਾਂ ਡਾਕਟਰ ਦਿੰਦੇ ਨੇ, ਉਹ ਦਵਾਈਆਂ ਨੂੰ ਕਿਵੇਂ ਅਸੀਂ ਇੱਕ ਪੇਸ਼ੈਂਟ ਤੱਕ ਪਹੁੰਚਾਉਣਾ, ਉਹ ਦਵਾਈ ਨੂੰ ਕਿਵੇਂ ਡੋਜ਼ ਹੋਣੀ ਆ, ਅਤੇ ਕਿਵੇਂ ਉਹ ਦਵਾਈਆਂ ਨੂੰ ਤੁਸੀਂ ਇਨਹੇਲ ਕਰਨਾ, ਉਹ ਸਾਰਾ ਅਸੀਂ ਬੱਚਿਆਂ ਨੂੰ ਇੱਥੇ ਕੋਰਸ ਲਾਈ, ਬੱਚਿਆਂ ਨੂੰ ਪ੍ਰੈਕਟੀਕਲ ਕਰਕੇ ਬੱਚਿਆਂ ਨੂੰ ਲਗਾਇਆ ਜਾਂਦਾ ਸਾਰਾ ਕੁਛ। ਅਤੇ ਇਹ ਸਮੇਂ ਕਿੱਤਾ ਮਤਲਬ ਕਿ ਸਮੇਂ ਰੋਜ਼ਗਾਰ ਕੋਰਸ ਨੇ ਜੀ, ਬੱਚਾ ਆਪਦੀ ਦਵਾਈ ਦੁਕਾਨ ਖੋਲ੍ਹ ਸਕਦੇ ਨੇ, ਅਤੇ ਬੱਚੇ ਆਪਣੇ ਇਸ ਕੋਰਸ ਤੋਂ ਬਾਅਦ ਸਾਡੇ ਕੁਛ ਬੱਚੇ ਹਸਪਤਾਲਾਂ ਦੇ ਵਿੱਚ ਵੀ ਕੰਮ ਕਰ ਰਹੇ ਨੇ ਜੀ ਵਧੀਆ, ਅਤੇ 108 ਐਂਬੂਲੈਂਸਾਂ ਦੇ ਵਿੱਚ ਵੀ ਸਾਡੇ ਕੰਮ ਕਰਦੇ ਪਏ। ਸਾਡਾ ਹਰਬਲ ਗਾਰਡਨ ਜੀ, ਮੈਨੂੰ ਬੜੇ ਮਾਣ ਮਹਿਸੂਸ ਹੋ ਰਿਹਾ ਕਿ ਪੰਜਾਬ ਦੇ ਵਧੀਆ ਇੱਕ ਨੰਬਰ ਦੇ ਹਰਬਲ ਗਾਰਡਨਾਂ ਵਿੱਚੋਂ ਗਾਰਡਨ ਹੈ ਜੀ। ਘੱਟੋ ਘੱਟ ਸਾਡੇ ਕੋਲ 200-300 ਸਪੀਸੀਜ਼ ਦੇ ਬੂਟੇ ਉੱਥੇ ਲੱਗੇ ਹੋਏ ਨੇ ਜੀ, ਵੱਖ ਵੱਖ ਕਿਸਮ ਦੇ ਬੂਟੇ ਨੇ ਜੀ, ਜਿਵੇਂ ਕਿ ਸਿਟਰਸ ਪਲਾਂਟਸ ਨੇ। ਸਾਡੀ ਸੰਸਥਾ ਜੋ ਹੈ ਜੀ ਬਹੁਤ ਉਪਰਾਲਾ ਕਰ ਰਹੀ ਹੈ ਇਸ ਚੀਜ਼ ਦੇ ਵਿੱਚ, ਬਾਕੀ ਸਾਡਾ ਜੋ ਰਿਜ਼ਲਟ ਹੈ ਬੱਚਿਆਂ ਦਾ ਬੜਾ ਸ਼ਾਨਦਾਰ ਰਹਿੰਦਾ ਜੀ। ਹਰ ਵਾਰ ਬੋਰਡ ਵੱਲੋਂ, ਜੋ ਪੰਜਾਬ ਸਟੇਟ ਟੈਕਨੀਕਲ ਬੋਰਡ ਵੱਲੋਂ ਸਾਡਾ ਕਾਲਜ ਅਫੀਲੀਏਟਡ ਹੈ ਜੀ, ਉਹਦੇ ਵਿੱਚ ਸਾਡੇ ਬੱਚੇ ਬੜਾ ਪੁਜੀਸ਼ਨਾਂ 'ਤੇ ਆਉਂਦੇ ਨੇ, ਅਤੇ ਬਹੁਤ ਵਧੀਆ ਸਾਡਾ ਸੰਸਥਾ ਦਾ ਨਾਮ ਉੱਚਾ ਹੋ ਰਿਹਾ ਜੀ ਬੱਚਿਆਂ ਕਰਕੇ। ਅਤੇ ਜੋ ਇਹ ਸਾਰਾ ਸਹਿਰਾ ਮੈਂ ਆਪਣੇ ਮਿਹਨਤੀ ਸਟਾਫ ਅਤੇ ਆਪਣੇ ਕਾਬਲ ਬੱਚਿਆਂ ਦੇ ਸਿਰ ਦੇ ਉੱਤੇ ਮੰਨਣਾ ਚਾਹੁੰਦਾ ਜੀ। ਸਾਰਾ ਕਾਲਜ ਵਿੱਚ ਵਿਦਿਆਰਥੀਆਂ ਨੂੰ ਨਾ ਕੇਵਲ ਕਿਤਾਬੀ ਖੇੜਾ ਬਣਾਇਆ ਜਾਂਦਾ ਹੈ, ਬਲਕਿ ਉਹਨਾਂ ਦੀ ਸ਼ਖਸੀਅਤ ਨੂੰ ਨਿਖਾਰਨ ਲਈ ਵੱਖ ਵੱਖ ਗਤੀਵਿਧੀਆਂ ਅਤੇ ਵਿਦਿਅਕ ਟੂਰ ਵੀ ਕਰਵਾਏ ਜਾਂਦੇ ਹਨ। ਸਦਭਾਵਨਾ ਸੋਸਾਇਟੀ ਦੇ ਚੇਅਰਮੈਨ ਡਾਕਟਰ ਏ ਕੇ ਬੈਨਰਜੀ ਅਤੇ ਡਾਕਟਰ ਮਧੂਮਿਤਾ ਬੈਨਰਜੀ ਦੇ ਇਸ ਸ਼ਲਾਘਾਯੋਗ ਉਪਰਾਲੇ ਨੂੰ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਵੀ ਸਰਾਇਆ ਜਾਂਦਾ ਹੈ। ਇਸ ਸੰਸਥਾ ਨੂੰ ਚਲਾਉਣ ਵਾਸਤੇ ਇਲਾਕਾ ਨਿਵਾਸੀ ਮੈਡਮ ਨੀਰਜਾ ਕੁਠਿਆਲਾ ਅਤੇ ਸਦਭਾਵਨਾ ਗਰੁੱਪ ਆਫ ਕਾਲਜਿਸ ਦਾ ਸਮੂਹ ਸਟਾਫ ਆਪਣਾ ਅਹਿਮ ਯੋਗਦਾਨ ਪਾ ਰਿਹਾ ਹੈ। Myself is Praveen Maghu. I am the ex-student of this college. This is one of the best colleges of this district. The staff is very cooperative and competitive and supportive. Thank you. Thank you.